जी सारा मूड खराब हो गया साडा सारा मूड खराब धुंद नहीं करनी सारा मूड खराब हो गया इन्हें व्यू एडा बंब होना इन्हें इतने कोरे ने सारा मूड खराब करता है बड़ी आसा ना गए हैं अभी दोवे जने जय माता जाके तोड़ मांग जावांगे बेटा आइसक्रीम खाओगे नहीं क्या तकलीफ है आपको कुछ नहीं भाई लेना की था ना क्या खाएगा खवाओगी खवाओगे आ खवा दे कितने का है कब वो कितने की है कौन इससे छोटा नहीं कुछ सब 40 से ऊपर ही है ये कितने की है ये 30 की है भई आप कौन सी खाओगे कप लेना कप ना लैदा कोई एहो खा कप खोया जाना बिरे 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 कप खोया जाना हैगा टड्डा फाड़ो तुम्हें की करने वा तैनू बिरता नहीं साला कुल्फी पई फाड़ चलो भी कुल्फी मुंह च पा के फोटो खिचाओ बंदर बहुत देख रहे हैं कुल्फी की ओर नहीं बहुत चपाली खा तू भाई का घोड़ा भाग गया घोड़ा भाग गया खुद भी खुद भाग गया भाई चलो चलिए आ जाओ पड़ेगा
ਬਾਂਦਰ ਪੈ ਗਏ ਭੈਣ ਦੇ ਕੁਲਫੀ ਦਾ ਮਿਆ ਮਾਰਤਾ ਕੁਲਫੀ ਮਾਰ ਤੈਨੂੰ ਹੱਟੀ ਵੀ ਇਹਨੇ ਮੇਰੇ ਬਾਂਦਰ ਪੈ ਗਏ ਸਾਡੇ ਵਧੀਆ ਕੀਤਾ ਵਧੀਆ ਕੀਤਾ ਰੱਖਣਾ ਹੀ ਨਹੀਂ ਨਹੀਂ ਸਹੀ ਗੱਲ ਬਾਤ ਮੈਂ ਪੂਰੀ ਖਾ ਕੇ ਮੈਂ ਡੰਡਾ ਸੁੱਟਦਾ ਮੈਂ ਖਾ ਕੇ ਡੰਡਾ ਸੁੱਟਦਾ ਬਾਂਦਰ ਮਾਮਾ ਡੰਡਾ ਚੁੱਕ ਕੇ ਵੇਖਣ ਡਿਆ ਪਿਆ ਥਾਂ ਦਾ ਓਏ ਹੋਏ ਤੇਰਾ ਮਾਂ ਲਿਬੜਿਆ ਕਰੀ ਥਾਂ ਮਾਮਾ ਮੈਂ ਕੁਲਫੀ ਖਾ ਮੈਂ ਕੁਲਫੀ ਨਹੀਂ ਸੁੱਟੀ ਮੈਂ ਡੰਡਾ ਸੁੱਟਦਾ ਡੰਡਾ ਵੇਖ ਕੇ ਥਾਂ ਤਾਂ ਵੇਖੀ ਜਾਵੇ ਬਾਂਦਰਾਂ ਨੇ ਸਾਡੀਆਂ ਖੋਲੀਆਂ ਕੁਲਫੀਆਂ ਇੱਥੇ ਦੇ ਪੈ ਗਿਆ ਤੜਫੱਲੂ ਜਿੰਨੇ ਵੀ ਆਉਣਾ ਮੇਰਾ ਵੀਰ ਡੰਡਾ ਲੈ ਕੇ ਨਾਲ ਆਇਆ ਕਰੋ ਅਸੀਂ ਤੇ ਸ਼ੋਸ਼ੇਬਾਜ਼ੀ 'ਚ ਡੰਡਾ ਨਹੀਂ ਲਿਆ ਤੇ ਡੰਡੇ ਦਾ ਨਤੀਜਾ ਸਾਨੂੰ ਹੁਣ ਵੇਖਣਾ ਪੈਣ ਡਿਆ ਯਾਰ ਕੁਲਫੀਆਂ ਬੜੀਆਂ ਸਵਾਦ ਹੀ ਇਹਨਾਂ ਨੇ ਮਜ਼ਾ ਮਾਰ ਤੁਹਾਡਾ ਕੁਲਫੀਆਂ ਬਹੁਤ ਜ਼ਿਆਦਾ ਟੇਸਟੀ ਪਰ ਬਾਂਦਰ ਨੇ ਸਾਡੀ ਮਰਵਾਤੀ ਚਾਲੀਆਂ ਚਾਲੀਆਂ ਨੀ ਤੀਆਂ ਤੀਆਂ ਨੀ ਤੀਆਂ ਤੀਆਂ ਨੀ ਕਹਿੰਦਾ ਪੜ ਭਰਾ ਮੈਂ ਮਾਮਾ ਮੈਂ ਨੀ ਕੁਲਫੀ ਸੁੱਟੀ ਚਾਰ ਜਾਣੇ ਰਸਤਾ ਸੁਣਨਾ ਚਾਰੇ ਜਾਣੇ ਉਹਨਾਂ ਘਬਰਾ ਜਾਂਦੇ ਭੱਜ ਜਾਂਦੇ ਡੰਡਾ ਮਾਰਦੇ ਝੁੰਡ ਪੈਣਾ ਸੀ ਪੂਰਾ ਆਹ ਹਾਲੇ ਇੱਥੇ ਵੇਖ ਲੋ ਸਾਡੇ ਅਰਗਿਆਂ ਦੇ ਸ਼ੋਸ਼ੇਬਾਜ਼ੀ 'ਚ ਆਪਾਂ ਤੁਰੇ ਹਾਂ ਡੰਡਾ ਨਹੀਂ ਲਿਆਂਦਾ ਵੀਹਾਂ ਦਾ ਡੰਡਾ ਯਾਰ ਲੈ ਲੈਣਾ ਚਾਹੀਦਾ ਹੁਣ ਤਾਂ ਸਾਨੂੰ ਹੁਣ ਕੁਲਫੀ ਫੇਰ ਖਾਣੀ ਪੈਣੀ ਆ ਹੁਣ ਕੁਲਫੀ ਓਏ ਹੁਣ ਕੁਲਫੀ ਉਹ ਫੇਰ ਖਾਣੀ ਪੈਣੀ ਆਪਾਂ ਨੇ ਕੁਲਫੀ ਹੁਣ ਕੀ ਖਾਣੀ ਬਸ ਖਾਣੀ ਪੈਣੀ ਯਾਰ ਮਜ਼ਾ ਮਰ ਗਿਆ ਤੂੰ ਖਾ ਲਈ ਸਾਰਾ ਸਾਰੀ ਮੈਂ ਖਾ ਕੇ ਸੁੱਟਿਆ ਮਾਮਾ ਮੈਂ ਡੰਡਾ ਸੁੱਟਿਆ ਡੰਡਾ ਫੜ ਕੇ ਵੇਖਣ ਡਿਆ ਮੈਂ ਤੈਨੂੰ ਉਹ ਹੈਗਾ ਹੀ ਨਹੀਂ ਹੈ ਕੋਈ ਬਾਤ ਨਹੀਂ ਭਾਜੀ ਕਿਤਨਾ ਦੂਰ ਹੈ ਓਕੇ ਥੈਂਕ ਯੂ ਤਿੰਨ ਕਿਲੋਮੀਟਰ ਜਿਹੜਾ ਮੇਰਾ ਵੀਰ ਜਦੋਂ ਵੀ ਚੜ੍ਹਾਈ ਕਰਨ ਆਵੇ ਫਿਰ ਉਹ ਪੁੱਛੇ ਹੋਣਾ ਰਸਤਾ ਕਿੰਨੀ ਦੂਰ ਆ ਬੰਦਾ ਬਹੁਤ ਇੱਥੋਂ ਨਹੀਂ ਸਿੱਧਾ ਆ ਹੈਲੀਕਾਪਟਰ ਦਾ ਰਾਹ ਹੈ ਮਾਮਾ ਉਥੋਂ ਕਰਾਂਗੇ ਫੋਨ ਹੋਏ ਰਹਿਣ ਦੇ ਰਾਤੀ ਕਰਾਂਗੇ ਉਥੋਂ ਜਿਹੜੇ ਮੇਰੇ ਵੀਰ ਨੇ ਹੋਣਾ ਧਿਆਨ ਨਾ ਆਇਓ ਯਾਰ ਬਾਂਦਰ ਇਥੋਂ ਦੇ ਬਹੁਤ ਗੰਦੇ ਆ ਉਹਨਾਂ ਨੇ ਤੁਹਾਨੂੰ ਨਹੀਂ ਛੱਡਣਾ ਜਿੰਨਾ ਚਿਕਰ ਉਹਨਾਂ ਨੂੰ ਚੀਜ਼ ਨਾ ਮਿਲੀ ਉਹਨਾਂ ਨੇ ਤੁਹਾਨੂੰ ਛੱਡਣਾ ਨਹੀਂ ਆ ਭਾਵੇਂ ਜੋ ਮਰਜ਼ੀ ਹੋ ਜੇ ਆਹ ਵੀਰ ਨੂੰ ਪਤਾ ਇਹਨੂੰ ਮੈਂ 120 ਖਰਚੇ ਭਾਈ ਚੱਲ ਕੋਈ ਨੀ ਯਾਰ ਮੈਂ ਲੈ ਲੈਣਾ ਹੁਣ ਭਰਾ ਲੈਣੀਆਂ ਪੈਣੀਆਂ ਯਾਰ ਮਜ਼ਾ ਨੀ ਆਇਆ ਕੁਲਫੀ ਦਾ ਭੈਣ ਉੱਥੇ ਰਮਾਨ ਨਾਲ ਬਹਿ ਕੇ ਨਾਲੇ ਲੋਕਾਂ ਨੇ ਦੱਸਣਾ ਉਹ ਕੋਈ ਗੱਲ ਨੀ ਆਂਟੀ ਧਿਆਨ ਨਾਲ ਜਾਇਓ ਅੱਗੇ ਬਾਂਦਰ ਜੇ ਉੱਥੇ ਸਕੂਲ ਵੀ ਹੈਗਾ ਯਾਰ ਵੇਖੋ ਸਕੂਲ ਵੇਖੋ ਸਕੂਲ ਇੱਥੇ ਸਕੂਲ 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 ਕੀ ਕਰਨਾ ਆਪਾਂ ਜਾ ਗਿਆ ਇੱਥੇ ਸਕੂਲ ਇੱਥੋਂ ਦੇ ਬੱਚੇ ਪੜ੍ਹਦੇ ਆ ਇੱਥੇ ਮੇਰਾ ਭਰਾ ਜਦੋਂ ਵੀ ਆਓ ਡੰਡਾ ਨਾਲ ਲੈ ਕੇ ਆਓ ਅਤੇ ਚੀਜ਼ ਲਕਾ ਕੇ ਲਿਆਓ ਬਾਂਦਰ ਖੋ ਲੈਣਗੇ ਮਾਮਾ ਉਹਨਾਂ ਨੂੰ ਪਿੱਛੋਂ ਪਤਾ ਲੱਗ ਗਿਆ ਜੀ ਆਪਾਂ ਕੁਲਫੀਆਂ ਲਈਆਂ ਹੈ ਓਏ ਓਏ ਉਹ ਘੋੜੇ
ਬਾਂਦਰਾਂ ਨੂੰ ਪਿੱਛੇ ਪਤਾ ਲੱਗ ਗਿਆ ਤਾਂ ਕੁਲਫੀਆਂ ਲਈਆਂ ਕੀ ਪਤਾ ਸਾਲਾ ਛੱਤ ਤੋਂ ਭੱਜ ਭੱਜ ਗਏ ਉਹ ਸਾਲਾ ਆਪਣੇ ਪਿੱਛੇ ਲੱਗੇ ਸੀ ਉਹ ਕੁਲਫੀਆਂ ਵਾਲੇ ਨੇ ਆਪਾਂ ਨੂੰ ਕਿਹਾ ਵੀ ਕੁਲਫੀਆਂ ਲਗਾ ਲਿਓ ਆਡਮ ਹੋ ਗਈ ਸਾਡੀ ਆਡਮ ਮਿਲਦੇ ਆ ਤੁਹਾਨੂੰ ਹੁਣ ਕਰਕੇ ਮਜ਼ੇ ਮਰ ਗਏ ਨਾ ਮਜ਼ੇ ਮਰ ਗਏ ਕੋ ਸਾਡੇ ਕੁਲਫੀਆਂ ਡੇਗੀਆਂ ਮਜ਼ੇ ਸਾਡੇ ਕੁਲਫੀਆਂ ਕਰਕੇ ਵੱਜੇ ਚਲੋ ਠੀਕ ਹੈ ਤੁਹਾਨੂੰ ਮਿਲਦੇ ਹੁਣ ਅੱਗੇ ਜਾ ਕੇ